नहीं एक्चुअली साड़ी एंगेजमेंट 2006 में 24 उसको वर्क करना सही आ गया फिर अभी अभी एंगेज फॉर 5 इयर्स देन आई एम बैक टू इंडिया मैरिड इंग्लैंड तो पहले ये भी डांस में डांस कर रही थी जा तुम डर दे चलो खैर मेनु मौका मिलिया नाटक वगैरह भी अपन थिएटर कीता कॉलेज दे विच भी ते जद असि इकट्ठे मिले ते इना दी आदत सी मेनू हसान दी काफी हो ते मेनू भी हुंदा सी कि छोटी जी गल्लां नु इग्नोर करना ते कुछ खास ते मुद्दे ते कुछ ना करना साडी केमिस्ट्री काफी ज्यादा दूजे नाल मिलदी सी ते साने सोचा व्हाई नॉट कुछ कीता जावे लाइफ काफी बोरिंग हो गई है ਅਸੀਂ ਤੁਹਾਨੂੰ 40% ਦਵਾਂਗੇ 50% ਦਵਾਂਗੇ ਫਲਾਨਾ ਧਮਕਾ ਕਰਾਂਗੇ ਤੇ ਮੈਂ ਕਿਸੇ ਨਾਲ ਨਹੀਂ ਕੀਤਾ ਜੀ ਮੈਨੂੰ ਨਾ ਐਕਚੁਅਲੀ ਮੈਨੂੰ ਆਈ ਐਮ ਨਾਟ ਮਨੀ ਮਾਈਂਡਡ ਪਰਸਨ ਹੈਲੋ ਜੀ ਤੁਹਾਡੇ ਉੱਤੇ ਇੰਟਰਨੈਟ ਦਾ ਇਸ਼ੂ ਆ ਰਿਹਾ ਇਹ ਪਤਾ ਨਹੀਂ ਹੁਣ ਕਿੱਧਰ ਹੈ ਜੀ ਤੁਹਾਡੇ ਵੱਲ ਹੈ ਜਾਂ ਸਾਡੇ ਵੱਲ ਹੈ ਮੈਂ ਕਨਫਿਊਜ਼ ਨਹੀਂ ਐਕਚੁਅਲੀ ਪਤਾ ਮੈਂ ਦੇਖਿਆ ਜਦੋਂ ਜ਼ਿਆਦਾ ਦੂਰ ਹੁੰਨੇ ਨਾ ਲੋਕੀ ਮੇਰੇ ਤੋਂ ਉਹਨਾਂ ਦੇ ਇੰਟਰਨੈਟ ਦਾ ਜ਼ਿਆਦਾ ਪੰਗਾ ਪੈਂਦਾ ਹਾਂ ਮੈਨੂੰ ਵੀ ਲੱਗਦਾ ਸੀ ਐਨੀਵੇ ਹੋਰ ਸੁਣਾ ਸਤਿ ਸ਼੍ਰੀ ਅਕਾਲ ਜੀ ਗੁਲਿੰਜ ਕਿਹਨ ਸਤਿ ਸ਼੍ਰੀ ਅਕਾਲ ਹਾਊ ਆਰ ਯੂ ਗਾਇਜ਼ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਠਾਕ ਹੋ ਜੀ ਵਧੀਆ ਵਧੀਆ ਤੁਸੀਂ ਮੈਲਬਨ ਹੈਗੇ ਹੋ ਰਾਈਟ ਹਾਂਜੀ ਹਾਂਜੀ ਕੀ ਸਮਾਂ ਹੋਇਆ ਉੱਥੇ ਇਸ ਵਕਤ ਰਾਤ ਦੇ 9:30 ਹੋ ਗਏ 9:30 ਫਿਰ ਤਾਂ ਠੀਕ ਹੈ ਜਾਗੀ ਹੋਣੀ ਜਨਤਾ ਤੁਹਾਡੇ ਉੱਥੇ ਦੀ ਹੈਨਾ ਹਾਂ ਜਾਗਦੇ ਨੇ ਤੁਸੀਂ ਸੌਂ ਗਏ ਗ੍ਰੇਟ ਸੀ ਗਾਇਜ਼ ਅੱਛਾ ਪਹਿਲਾਂ ਤਾਂ ਮੈਨੂੰ ਤੁਸੀਂ ਆਪ ਦੇ ਦੋਨਾਂ ਦਾ ਅਸਲੀ ਨਾਮ ਦੱਸੋ ਕੀ ਨਾਮ ਹੈਗੇ ਤੁਹਾਡੇ ਵਾਟ ਯੂਅਰ ਰੀਅਲ ਨੇਮ ਮੇਰਾ ਨਾਮ ਨਾਜ਼ੀਆ ਮੇਰਾ ਹੈਗਾ ਸਮੀਰ ਠੀਕ ਹੈ ਤੁਸੀਂ ਦੋਨੋਂ ਕਿੱਥੋਂ ਦੇ ਹੈਗੇ ਹੋ ਮੈਂ ਲੁਧਿਆਣੇ ਤੋਂ ਜੀ ਮੈਂ ਅੱਛਾ ਇਹਨਾਂ ਨੂੰ 9 ਸਾਲ ਹੋ ਗਏ ਤੇ ਆਪਾਂ ਮਿਲੇ ਕਿੱਥੇ ਕਿੱਥੇ ਆਈ ਮੀਨ ਵੇਅਰ ਡਿਡ ਯੂ ਗਾਇਜ਼ ਮੀਟ ਟੈਲ ਮੀ ਅਬਾਊਟ ਯੂਰ ਲਵ ਸਟੋਰੀ ਨਹੀਂ ਨਹ
ओके इंटरेस्टिंग अच्छा किथे मिले हाउ डू थिंग्स हैपन एक्चुअली की गल हुई ना जब अपने जो पिंड ਤੁਸੀਂ ਬਿਲ ਤੁਸੀਂ ਸ਼ਹਿਰ ਤੋਂ ਜਾਂ ਪਿੰਡ ਤੋਂ ਬਿਲ ਦੱਸ ਮੈਨੂੰ ਮੈਂ ਜੀ ਮੈਂ ਤਾਂ ਇਰਾਨ ਦੀ ਆ ਦੇਰਫੋਰ ਮੈਂ ਸ਼ਹਿਰ ਪਿੰਡ ਦੇ ਵਿੱਚ ਘੁੰਮੀ ਹੋਈ ਆ ਓਕੇ ਕਿ ਪਤਾ ਕਿ ਜਦੋਂ ਆਪਣੇ ਪਿੰਡਾਂ ਦੇ ਵਿੱਚ ਅੱਜ ਤੋਂ ਹੁਣ ਤਾਂ ਨਹੀਂ ਚੱਲ ਰਿਵਾਜ ਰਿਹਾ ਲੇਕਿਨ ਅੱਜ ਤੋਂ 10 15 ਸਾਲ ਪਹਿਲਾਂ ਦੀ ਗੱਲ ਹੈ ਇਹ ਕਿਉਂਕਿ ਜਦੋਂ ਕੁੜੀ ਵਾਲੇ ਮੁੰਡੇ ਲੱਭਣ ਦੀ ਕੋਸ਼ਿਸ਼ ਕਰਦੇ ਹੁੰਦੇ ਨੇ ਉਹਨਾਂ ਦੇ ਕੁੜੀਆਂ ਵਾਲੇ ਪੇਰੈਂਟਸ ਆਫ ਕੋਰਸ ਪਿੰਡਾਂ ਜਾਂਦੇ ਇੱਕ ਦੂਜੇ ਨੂੰ ਪੁੱਛਦੇ ਹੁੰਦੇ ਨੇ ਸੇਮ ਉਦਾਂ ਹੀ ਨਾਜ਼ ਦੇ ਪੇਰੈਂਟਸ ਭਟਕਦੇ ਭਟਕਦੇ ਮੇਰੇ ਪਿੰਡ ਪਹੁੰਚ ਗਏ ਉਹਨਾਂ ਇੱਕ ਸੋਹਣਾ ਜਿਹਾ ਮੁੰਡਾ ਲੱਭ ਗਿਆ ਓਕੇ ਓਕੇ ਠੀਕ ਹੈ ਫਿਰ ਹੁਣ ਇਸ ਕਹਾਣੀ ਦੀ ਪੁਸ਼ਟੀ ਤੁਸੀਂ ਕਰੋ ਨਾਜ਼ ਦੇ ਠੀਕ ਕਹਿ ਰਹੇ ਨੇ ਹਾਂ ਬਿਲਕੁਲ ਸਹੀ ਹੋ ਮੇਰੇ ਮਾਂ ਬਾਪ ਨੇ ਕੁੜੀ ਤਾਂ ਵਿਆਹਣੀ ਸੀ ਮੇਰਾ ਲੱਭਣਾ ਸੀ ਠੀਕ ਹੈ ਗ੍ਰੇਟ ਸੋ ਇਟਸ ਬੀਨ ਹਾਊ ਮੈਨੀ ਇਅਰਸ ਹੈਵ ਯੂ ਗਾਇਜ਼ ਬੀਨ ਮੈਰਿਡ 2011 ਉਹ ਪਹਿਲਾਂ ਹੀ ਇਹ ਵੀ ਡਰਾਮੇ ਡਰੂਮੇ ਕਰ ਦਿੰਦੀ ਸੀ ਕਾਲਜ ਦੇ ਵਿੱਚ ਮੈਂ ਵੀ ਥੀਏਟਰ ਕਰਦਾ ਸੀ ਓਕੇ ਹਾਂਜੀ ਇਹ ਬਸ ਇਹਦਾ ਮਤਲਬ ਇਹ ਸਿੰਗਿੰਗ ਕਰਦੀ ਸੀ ਤੂੰ ਜਾਂ ਤੂੰ ਦੱਸ ਦੇ ਚਲੋ ਖੈਰ ਮੈਨੂੰ ਮੌਕਾ ਮਿਲਿਆ ਹਾਂਜੀ ਮੈਂ ਸਿੰਗਿੰਗ ਕਰਦੀ ਸੀ ਔਰ ਨਾਟਕ ਵਗੈਰਾ ਵੀ ਆਪਾਂ ਥੀਏਟਰ ਕੀਤਾ ਕਾਲਜ ਦੇ ਵਿੱਚ ਵੀ ਤੇ ਜਦ ਅਸੀਂ ਇਕੱਠੇ ਮਿਲੇ ਤਾਂ ਇਹਨਾਂ ਦੀ ਆਦਤ ਸੀ ਮੈਨੂੰ ਹਸਾਉਣ ਦੀ ਕਾਫੀ ਉਹ ਤੇ ਮੈਨੂੰ ਵੀ ਹੁੰਦਾ ਸੀ ਕਿ ਛੋਟੀ ਜਿਹੀ ਗੱਲਾਂ ਨੂੰ ਇਗਨੋਰ ਕਰਨਾ ਤੇ ਕੁਝ ਖਾਸ ਤੇ ਮੁੱਦੇ ਤੇ ਕੁਝ ਨਾ ਕਰਨਾ ਸਾਡੀ ਕੈਮਿਸਟਰੀ ਕਾਫੀ ਜ਼ਿਆਦਾ ਦੂਜੇ ਨਾਲ ਮਿਲਦੀ ਸੀਗੀ ਤਾਂ ਸਾਨੂੰ ਸੋਚਿਆ ਵਾਈ ਨਾਟ ਕੁਝ ਕੀਤਾ ਜਾਵੇ ਲਾਈਫ ਕਾਫੀ ਬੋਰਿੰਗ ਹੋ ਗਈ ਹੈ ਬਸ ਉਸ ਤਰ੍ਹਾਂ ਅਸੀਂ ਸਟਾਰਟਿੰਗ ਕੀਤੀ ਤੇ ਅੱਜ ਤੁਹਾਡੇ ਸਾਹਮਣੇ ਵੈਰੀ ਨਾਈਸ ਓਕੇ ਸੋ ਹੁਣ ਤੁਸੀਂ ਜੋ ਕਿਹਾ ਕਿ ਤੁਸੀਂ ਗਾਣੇ ਗਾਉਂਦੇ ਸੀਗੇ ਸੋ ਹੁਣ ਮੈਨੂੰ ਦੱਸੋ ਕਿਹੜਾ ਗਾਣਾ ਸਭ ਤੋਂ ਵਧੀਆ ਲੱਗਦਾ ਹੈ ਤੇ ਗਾ ਕੇ ਸੁਣਾਓ ਇਫ ਯੂ ਡੋਨਟ ਮਾਈਂਡ ਓਕੇ ਸੁਣਾ ਓਕੇ ਉਦੋਂ ਤਾਂ ਮੈਂ ਦੂਜਾ ਸੁਣਾਤਾ ਸੀ ਤੁਹਾਡੇ ਵਾਸਤੇ ਨਹੀਂ ਜਿਹੜਾ ਮਰਜ਼ੀ ਸੁਣਾ ਦੇ ਨੋ ਪ੍ਰੋਬਲਮ ਮਾਹੀ ਵੇ ਮੈਨੂੰ ਭੁੱਲ ਨਾ ਜਾਵੀ ਵੇ ਬਹੁਤਾ ਚਿਰ ਨਾ ਤਰਸਾਵੀ ਮਾਹੀ ਵੇ ਮੈਨੂੰ ਭੁੱਲ ਨਾ ਜਾਵੀ ਵੇ ਬਹੁਤਾ ਚਿਰ ਨਾ ਤਰਸਾਵੀ ਉਹ ਸੱਜਣਾ ਲੰਬੀਆਂ ਉਡੀਕਾਂ ਦਿਨ ਪਿਆਰ ਦੇ ਮਾਹੀ ਵੇ ਸਾਨੂੰ ਭੁੱਲ ਨਾ ਜਾਵੀ ਜਿੰਨਾ ਤੂੰ ਭੁਲਾਵੇਂਗਾ ਉਨੇ ਯਾਦ ਆਵਾਂਗੇ
जिन्हें याद आवांगे ओना ही रुलावांगे माही वे सानू भुल ना जावी वाह जी वाह वेरी नाइस वेरी नाइस तुसी ते गांदे भी बहुत सोना थैंक यू जी तो जी एवर ट्राई कि मैं सिंगिंग करा आई मीन कमर्शियली पहला तो नहीं सी सोचा आप पहला शौक है गांधी से कहना ली गाऊंगी पर हूं जरा कीड़ा उठ रहा है असल च ना अगर अगर तुम्हारे को टाइम हुआ तो YouTube पे जाके ना सॉन्ग दिन चार आया हुआ ऑलरेडी 2016 दे विच रिलीज किया सी तो जरूर सुनियो डेफिनेटली तो सी मैं लिंक पे जो मैंने पता नहीं सीगा सिंगिंग भी करते हैं ओके हां जी हां जी जरूर जरूर ओके अच्छा मैं एक गल दसो सामी एंड नाज जो यानी एक मोमेंट ऑफ रियलाइजेशन होता है ना कि जब तुम्हें पता होता है कि वी आर फेमस ਉਹ ਕਦੋਂ ਆਇਆ ਸੀ ਕਿਹੜੇ ਸੰਦ ਦੇ ਵਿੱਚ ਤੇ ਕਿਹੜੀ ਵੀਡੀਓ ਸੀਗੀ ਜਿਹਨੂੰ ਦੇਖ ਕੇ ਯੂ نو ਲੋਕ ਪੀਪਲ ਵੈਂਟ ਕ੍ਰੇਜ਼ੀ ਜਦੋਂ ਮੈਂ ਨਾ ਕਿਸੇ ਕੁੜੀ ਨਾਲ ਫਲਰਟ ਕਰਦਾ ਨਾ ਇਹਨਾਂ ਮਤਲਬ ਲੋਕ ਉਹ ਤੋਂ ਪਸੰਦ ਕਰਦੇ ਨੇ ਓਕੇ ਤੋਂ ਮਤਲਬ ਕਈ ਕਾਫੀ ਸਾਰੀਆਂ ਸੀਗੀਆਂ ਲੇਕਿਨ ਕਿਉਂਕਿ ਪਤਾ ਨਹੀਂ ਕੀ ਗੱਲ ਆ ਜਦੋਂ ਤੁਸੀਂ ਨਾ ਫੋਰਨ ਕੰਟਰੀ ਵਿੱਚ ਰਹਿੰਦੇ ਹੋ ਉਹ ਉਦਾਂ ਦੀ ਇੱਕ ਫੀਲਿੰਗ ਨਹੀਂ ਹੁੰਦੀ ਜਿੱਦਾਂ ਜਦੋਂ ਇੰਡੀਆ 'ਚ ਰਹਿ ਕੇ ਨਾ ਕ੍ਰੇਜ਼ ਹੁੰਦਾ ਬਾਹਰ ਜਾਣ ਦਾ ਜੋ ਤੁਸੀਂ ਫੋਰਨ ਵਿੱਚ ਆ ਜਾਂਦੇ ਹੋ ਉਹ ਇੱਕ ਨਾਰਮਲ ਲੱਗਣ ਲੱਗ ਜਾਂਦੀ ਹਰ ਇੱਕ ਚੀਜ਼ ਸੋ ਮੈਨੂੰ ਹਰ ਇੱਕ ਚੀਜ਼ ਇੱਕ ਨਾਰਮਲ ਜੀ ਲੱਗਦੀ ਰਹੀ ਆਪਣੀ ਲਾਈਫ ਦੀ ਜੌਬ ਵੀ ਚੱਲਦੀ ਰਹੀ ਤੇ ਇੱਧਰ ਐਦਾਂ ਵੀ ਹੁੰਦਾ ਰਿਹਾ ਤੇ ਆਪਣੇ ਸ਼ੌਂਕ ਵੀ ਪੂਰੇ ਕਰਦਾ ਰਿਹਾ ਤੇ ਇਦੋਂ ਆ ਵੀ ਲੋਕਾਂ ਦਾ ਪਿਆਰ ਵੀ ਮਿਲਦਾ ਰਿਹਾ ਤੇ ਵਿੱਚ ਨੂੰ ਫਿਲਮ ਵੀ ਕਰ ਲਈ ਤੇ ਨਾਲ ਐਦਾਂ ਨਹੀਂ ਲੱਗਿਆ ਵੀ ਹਾਏ ਉਹ ਮੈਂ ਫੇਮਸ ਆ ਮੈਂ ਐਦਾਂ ਫਲਾਨਾ ਤੇ ਅਮਕਾ ਬਸ ਜੋ ਮਿਲਦਾ ਰਿਹਾ ਬਸ ਉਹ ਗੁਜ਼ਰ ਬਸਰ ਹੁੰਦੀ ਰਹੀ ਜੀ ਨਹੀਂ ਬਟ ਇੱਕ ਉਹ ਹੁੰਦਾ ਨਾ ਜਿੱਥੇ ਤੁਹਾਨੂੰ ਪਤਾ ਲੱਗਦਾ ਕਿ ਯਾਰ ਇਹਦੇ ਤੇ ਬੜੇ ਵਿਊ ਆ ਗਏ ਪੀਪਲ ਆਰ ਸੈਂਡਿੰਗ ਮੀ ਯੂ نو ਸੋ ਮਚ ਰਿਸਪੌਂਸ ਕਮਿੰਗ ਇਨ ਪ੍ਰੋਬਬਲੀ ਕਮਰਸ਼ੀਅਲ ਰਿਸਪੌਂਸ ਕਮਿੰਗ ਇਨ ਤੁਹਾਨੂੰ ਐਦਾਂ ਹੋਇਆ ਕਿਸੇ ਨੇ ਅਪਰੋਚ ਕੀਤਾ ਕਮਰਸ਼ੀਅਲੀ ਕਿ ਡੂਡ ਯੂ ਮੇਕਿੰਗ ਗੁੱਡ ਵੀਡੀਓਜ਼ ਯੂ ਗਾਈਜ਼ ਆਰ ਯੂ نو ਦ ਸੋਸ਼ਲ ਮੀਡੀਆ ਕਪਲ ਜਿਹਨੂੰ ਫਾਲੋਇੰਗ ਬਹੁਤ ਹੈਗੀ ਆ ਮਿਲੀਅਨਸ ਦੇ ਵਿੱਚ ਤੁਹਾਡੀ ਫਾਲੋਇੰਗ ਹੈਗੀ ਆ ਸੋ ਦਿਸ ਇਜ਼ ਮਾਈ ਆਫਰ ਔਰ ਸਮਥਿੰਗ ਲਾਈਕ ਦੈਟ ਹਾਂਜੀ ਐਕਚੁਅਲੀ ਪਹਿਲਾਂ ਵੀ ਬਹੁਤ ਆਈਆਂ ਆਫਰਾਂ ਆਈਆਂ ਸੀ ਫਿਲਮਾਂ ਦੇ ਰਿਗਾਰਡਿੰਗ ਲੇਕਿਨ ਕੀ ਕਰਦੇ ਸੀ ਲੋਕ ਪਤਾ ਕੀ ਕਹਿੰਦੇ ਸੀ ਟੂ ਬੀ ਓਨੈਸਟ ਜਿਹੜੇ ਅੱਜ ਕੱਲ ਦੇ ਮਤਲਬ ਪ੍ਰੋਡਿਊਸਰ ਡਾਇਰੈਕਟਰ ਨੇ ਕੋਈ ਵੀ ਸੀਗੇ ਪਹਿਲਾਂ ਉਹਨਾਂ ਨੂੰ ਆਂਦਾ ਸੀ ਇੱਕ ਵਾਰ ਤੁਸੀਂ ਸਾਨੂੰ ਵੀਡੀਓ ਬਣਾ ਕੇ ਭੇਜ ਦਿਓ ਫਿਲਮ ਦੀ ਪ੍ਰੋਮੋਸ਼ਨ ਕਰ ਦਿਓ ਇਸ ਤਰ੍ਹਾਂ ਫਿਲਮ ਚ ਲੈ ਲਾਂਗੇ ਮੈਂ ਕਿਹਾ ਮੈਂ ਤੇ ਪਾਗਲ ਬੈਠਾ ਮੈਨੂੰ ਪਤਾ ਨਹੀਂ ਕੱਲ੍ਹ ਮੈਂ ਬਾਹਰ ਜ਼ਿੰਦਗੀ ਅੱਧੀ ਕੱਢਤੀ ਸੀ ਮੇਰਾ ਯੂਜ਼ ਕਰ ਲੂੰਗੇ ਮੈਂ ਕਿਹਾ ਜੇ ਤੁਸੀਂ ਮੇਰੇ ਤੋਂ ਹੀ ਪ੍ਰੋਮੋਸ਼ਨ ਕਰਾਉਣੀ ਹੈ ਮੈਨੂੰ ਫਿਲਮ ਚ ਲੈ ਕੇ ਪ੍ਰੋਮੋਸ਼ਨ ਕਰਾਓ ਰਾਈਟ ਰਾਈਟ ਹਨਾ ਸੋ ਫਿਰ ਚਲੋ ਐਨੀਵੇ ਫਿਰ ਦਿੱਤਿਆ ਭਾਜੀ ਸਾਨੂੰ ਮਿਲ ਗਏ ਉਹਨਾਂ ਨੇ ਮੈਨੂੰ ਫੇਸਬੁੱਕ ਤੇ ਮੈਸੇਜ ਕੀਤਾ ਸੀ ਆਪਕੋ ਸਾਡੀ ਵੀਡੀਓ ਦੇ ਦਿੰਦੇ ਸੀ ਚਲੋ ਇੱਕ ਫਿਲਮ ਬਣਾਉਣੀ ਆ ਪਹਿਲਾਂ ਸਾਡਾ ਪਹਿਲਾਂ ਉਹਨਾਂ ਨੇ ਬਣਾਉਣੀ ਸੀ ਕਿ ਬਾਰੀ ਬਰਸੀ ਡਿਊ ਟੂ ਸਮ ਰੀਜ਼ਨ ਪਤਾ ਨਹੀਂ ਕੀ ਗੱਲ ਹੋਈ ਤੇ ਤੁਹਾਡੀ ਕਾਫੀ ਦੇਰ ਤੋਂ ਗੱਲ ਚੱਲ ਰਹੀ ਹੈ ਨਾ ਉਹਨਾਂ ਦੇ ਨਾਲ ਆਈ ਸੀ ਮੈਂ ਪੋਸਟ ਨਾਲ ਹਨਾ ਕੋਈ ਇਸ਼ੂ ਹੋ ਗਿਆ ਸੀ ਉਹ ਉਹਨਾਂ ਦੀ ਜੋ ਵੀ ਉਹਨਾਂ ਦੀ ਲਾਈਫ 'ਚ ਕੋਈ ਇਸ਼ੂ ਹੋਣਾ ਕੋਈ ਕਿਸੇ ਦੇ ਨਾਲ ਵਟਐਵਰ ਜੋ ਵੀ ਸੀਗਾ ਸੋ ਹੋ ਗਿਆ ਸੀ ਉਸੇ ਕਰਕੇ ਫਿਲਮ ਡਿਲੇ ਕੋਈ ਟੈਕਨੀਕਲ ਇਸ਼ੂ ਹੋ ਗਏ ਹੋਣਗੇ ਉਸ ਤੋਂ ਬਾਅਦ ਫਿਰ 1.5 ਸਾਲ ਪੈ ਗਿਆ ਸੀ ਜੀ ਹੋਣ ਨੂੰ ਫਿਲਮ ਫਿਰ ਬਣਾਈ ਸੀ ਦੁਬਾਰੇ ਲਿਖੀ ਉਹਨਾਂ ਨੇ ਤੇਰੀ ਮੇਰੀ ਜੋੜੀ ਕਿਉਂਕਿ ਬਾਰੀ ਬਾਸੀ ਹਜੇ ਵੀ ਉਹਨਾਂ ਕੋਲ ਪਈ ਆ ਤੇ ਤੇਰੀ ਮੇਰੀ ਜੋੜੀ ਲਿਖੀ ਵੀ ਚਲੋ ਬਣਾ ਲੈਂਦੇ ਹਾਂ ਹੁਣ ਬਹੁਤ ਟਾਈਮ ਹੋ ਗਿਆ ਅਸੀਂ ਵੀ ਹੁਣ ਕਹਿ ਭਾਜੀ ਬਣਾ ਲਓ ਪਾਂਪੇ ਪੂੰਪੇ ਮਤਲਬ ਪਿਆਰ ਪੁਰ ਦੱਸਿਆ ਤੇ ਫਿਰ ਉਹਨਾਂ ਨੇ ਬਣਾ ਲਈ ਤੇ ਉਹਦੇ ਬਾਅਦ ਉਸ ਫਿਲਮ ਤੋਂ ਬਾਅਦ ਤੁਹਾਨੂੰ ਕੋਈ ਆਫਰ ਆਏ ਉਸ ਫਿਲਮ ਤੋਂ ਬਾਅਦ ਆਫਰ ਮੇਰੇ ਕੋ ਪਤਾ ਹੀ ਪ੍ਰੋਬਲਮ ਕੀ ਹੈ ਮੇਰੇ ਵਿੱਚ ਹੁਣ ਮੈਂ ਇੰਡੀਆ ਗਿਆ ਸੀ ਮੇਰੇ ਕੋ ਇੱਕ ਫਿਲਮ ਸੀਗੀ ਮੈਂ ਕਰ ਸਕਦਾ ਸੀਗਾ ਮੈਨੂੰ ਪ੍ਰੋਬਲਮ ਹੈ ਛੁੱਟੀਆਂ ਦੀ ਮੈਨੂੰ ਹੈਡ ਪਤਾ ਹੋਵੇ ਕਿ ਹਾਂ ਸ਼ੂਟਿੰਗ ਦੈਨ ਯੂ ਕੈਨ ਪਲਾਨ ਸੋ ਐਦਾਂ ਤੋ ਨਾ ਤੁਸੀਂ ਵੀ ਕੰਮ ਕਰਦੇ ਹੋ ਹਾਂਜੀ ਮੈਂ ਬਿਊਟੀਸ਼ੀਅਨ ਯੂ ਆਰ ਬਿਊਟੀਸ਼ੀਅਨ ਯੂ ਆਰ ਬਿਊਟੀਸ਼ੀਅਨ Denting, painting. Very nice, yaar. Wow, what a combination. A beautician and a policeman. Jab the makeup thoda ja bhi panga pe gaya the onu chak ke le do tujhe. Mil kar nahi bolna tu. Anyways, acha. Now here let's talk about the film as well because there were a couple of things in the films that I wanted to discuss with you. One is ki main sunya si ki thoda koi aisa incident hoya si film de set de upar which was life threatening. Aisa to kuch hoya si? Life threatening accident? ਉਹ ਐਕਸੀਡੈਂਟ ਹੋਇਆ ਸਾਡਾ ਜੀ ਐਕਚੁਅਲੀ ਉਹ ਐਕਚੁਅਲੀ ਫਿਲਮ ਨਾਲ ਰਿਲੇਟਡ ਨਹੀਂ ਸੀਗਾ ਉਹ ਮੈਂ ਤੇ ਮੇਰੀ ਵਾਈਫ ਬਸ ਅਸੀਂ ਆਸਟ੍ਰੇਲੀਆ ਦੀ ਵਾਪਸੀ ਦੀ ਤਿਆਰੀ ਕਰ ਰਹੇ ਸੀਗੇ ਆਈ ਥਿੰਕ ਮਾਰਚ 1st or 2nd ਦੀ ਗੱਲ ਆ ਉਹ ਪਟਿਆਲੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾ ਰਹੇ ਸਡਨਲੀ ਡਰਾਈਵਰ ਦੀ ਖਨੀ ਅੱਖ ਲੱਗ ਗਈ ਖਨੀ ਕੀ ਹੋ ਗਿਆ ਬਸ ਉੱਥੇ ਹੀ ਕੋਲੀਜਨ ਹੋ ਗਿਆ ਤੇ ਏਦਾਂ ਪਤਾ ਲੱਗਿਆ ਵੀ ਮੈਨੂੰ ਤਾਂ ਪਤਾ ਨਹੀਂ ਸੀ ਫਿਰ ਕਿੱਥੇ ਸੱਟ ਲੱਗੀ ਕਿਉਂਕਿ ਰੱਬ ਦਾ ਸ਼ੁਕਰ ਮੇਰੇ ਬਸ ਥੋੜੀ ਇੱਥੇ ਦੰਦ ਹੀ ਟੁੱਟਿਆ ਸੀਗਾ
ਮੇਰੇ ਨਾਲ ਬੈਠਾ ਸੀਗਾ ਇੱਕ ਮੁੰਡਾ ਦਿੱਤਾ ਭਾਜੀ ਦਾ, ਉਹਦੇ ਵੀ ਸੱਟਾਂ ਲੱਗੀਆਂ ਥੋੜੀ ਜਿਹੀਆਂ ਤੇ ਉਹਨਾਂ ਦਾ ਸਾਲਾ ਜੀ ਬੈਠੇ ਸੀਗੇ ਤੇ ਉਹਦੇ ਵੀ ਚੈਸਟ ਵਿੱਚ ਪੇਨ ਹੋ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਸਾਨੂੰ ਉੱਥੇ ਆਲ ਸਟੇ ਕਰਨਾ ਪਿਆ 3 weeks ਕਿਉਂਕਿ ਇਹਦੀ ਥੋੜੀ ਪ੍ਰੋਬਲਮ ਆ ਗਈ ਸੀ ਨੀਜ਼ ਦੇ ਵਿੱਚ, ਨੈਕ ਦੇ ਵਿੱਚ। ਓਹ ਓਕੇ, ਝਟਕਾ ਲੱਗ ਗਿਆ ਸੀ ਨਾ? ਹਾਂਜੀ 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 ਹਾਂਜੀ। ਆਲਰਾਈਟ, ਐਂਡ ਅਨਦਰ ਥਿੰਗ ਆਈ ਹਰਡ ਵਾਸ ਕਿ ਤੁਹਾਡੇ ਮਾਤਾ ਜੀ ਦਾ ਇਨਸੀਡੈਂਟ ਹੋਇਆ ਸੀ, ਕੋਈ ਗਿਰ ਗਏ ਸੀਗੇ ਉਹ? ਉਹ ਸ਼ੂਟਿੰਗ ਦੌਰਾਨ ਗਿਰ ਗਏ ਸੀ ਜੀ। ਉਹ ਸ਼ੂਟਿੰਗ ਦੇ ਵਿੱਚ ਇੱਕ ਫਾਈਟ ਲੜਾਈ ਦਾ ਕੋਈ ਸੀਨ ਸੀਗਾ ਜਿੱਥੇ ਸਾਰੇ ਇੱਕ ਦੂਸਰੇ ਨਾਲ ਲੜਦੇ ਨੇ, ਉਹਨਾਂ ਦਾ ਪੈਰ ਤਾਂ ਲੱਗਿਆ, ਉਹ ਬੈਕ ਤੇ ਆਪਣੀ ਪਿੱਠ ਤੇ ਗਿਰ ਗਏ ਸੀਗੇ ਤੇ ਉਹ ਵੀ ਚਲੋ ਕੋਈ ਮਤਲਬ ਮਾੜਾ ਮੋਟਾ ਉਹਨਾਂ ਦਾ ਥੋੜਾ ਪ੍ਰੋਬਲਮ ਆ ਗਈ ਸੀ ਬੈਕ ਤੇ। ਮੋਟੀ ਨਹੀਂ ਆ, ਹਾਂ ਉਹ ਤਾਂ ਵਿਚਾਰੀ ਮਸਾ ਦੁਰਦੀ ਤੇ ਉਹ ਤੇ ਇਹ ਬਜ਼ੁਰਗ ਬੰਦੇ ਦਾ ਦੇਖੋ ਜੇ ਉਹਦਮ ਗਿਰ ਜਾਏ ਤਾਂ ਫੇਰ ਵੀ ਕੰਟੀਨਿਊ ਕੀਤਾ ਉਹਨਾਂ ਨੇ ਸਾਰਾ ਕੁਝ ਵਿਚ ਇਸ ਗੁੱਡ ਤੇ ਉਸ ਤੋਂ ਬਾਅਦ ਚੱਲੀ ਜਾ ਰਿਹਾ ਪਰ ਹੋਇਆ ਸੀ ਇਦਾਂ ਚੀਜ਼ ਜ਼ਰੂਰ। ਸਿਡਨੀ ਬੈਠੇ ਸੀਗੇ ਤੇ ਸਿਡਨੀ ਸਾਡੀ ਸੀਗੀ, ਕੈਨੇਡਾ ਦੀ ਫਲਾਈਟ ਸੀਗੀ ਦ ਵੈਰੀ ਨੈਕਸਟ ਡੇ, ਹੈਨਾ ਤੇ ਅਸੀਂ ਬੀਜੀ ਸੀ। ਅਸੀਂ ਜਦੋਂ ਮੈਂ ਕੈਨੇਡਾ ਦੀ ਫਲਾਈਟ ਫੜਨੀ ਸੀਗੀ ਤੇ ਭਾਜੀ ਦਾ ਇੰਟਰਵਿਊ ਦੇਖਿਆ, ਮੈਂ ਕਿਹਾ ਆ ਕੀ ਹੋ ਗਿਆ। ਰਾਈਟ ਰਾਈਟ, ਤੇ ਅਸੀਂ ਸਾਰੀ ਰਾਤ ਫਲਾਈਟ ਵਿੱਚ ਗੱਲਾਂ ਕਰਦੇ ਆ ਕਿ ਯਾਰ ਪਤਾ ਨੀ ਕੀ ਗੱਲ ਹੋ ਗਈ, ਹੁਣ ਉੱਥੇ ਪਤਾ ਲੱਗੂਗਾ ਕਿਉਂਕਿ ਫਲਾਈਟ ਕੈਨੇਡਾ ਦੀ ਬਹੁਤ ਲੰਬੀ ਹੈ, ਮੈਲਬਨ ਤੋਂ ਅਪਰੋਕਸੀਮੇਟਲੀ 14-15 ਆਵਰਸ ਲੱਗ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਅਸੀਂ ਕੋਈ ਬਾਲੇ ਕੁਐਸਚਨ ਤਾਂ ਕੀਤੇ ਨੀ, ਬਸ ਇੰਟਰਵਿਊ ਸੁਣੀ ਹੋਣਾ ਸੀ ਸਾਡੇ ਤੋਂ ਵੱਡੇ ਨੇ, ਅਸੀਂ ਕੀ ਕੁਐਸਚਨ ਕਰੀਏ ਸਮਝੀ। ਉਹਨਾਂ ਦੀ ਉਹਨਾਂ ਦੇਖੋ ਕਿਸੇ ਦੀ ਪਰਸਨਲ ਲਾਈਫ ਦੇ ਸਾਨੂੰ ਨਾ ਕਿਸੇ ਦੇ ਵਿੱਚ ਉਂਗਲੀ ਮਾਰਨ ਦਾ ਹੱਕ ਨਹੀਂ ਹੈਗਾ, ਜੋ ਉਹਨਾਂ ਨਾਲ ਬੀਤੀਆਂ ਉਹਨਾਂ ਨਾਲ ਬੀਤੀਆਂ, ਜੋ ਸਾਡੇ ਨਾਲ ਬੀਤੀਆਂ ਸਾਨੂੰ ਪਤਾ ਨਹੀਂ ਨਾ ਜੀ, ਚਲੋ ਅਸੀਂ ਕਹਿੰਦੇ ਦੈਟਸ ਓਕੇ ਵਟਐਵਰ। ਸੋ ਯਾਨੀ ਤੁਹਾਡੇ ਨਾਲ ਕੋਈ ਡਿਸਕਸ਼ਨ ਨਹੀਂ ਹੋਈ ਬੈਕਲੈਸ਼ ਆ ਰਿਹਾ ਇੰਡਸਟਰੀ ਦਾ, ਮੈਂ ਇੰਡਸਟਰੀ ਹਿਲਾਤੀ ਦੇਖਿਓ ਹੁਣ ਸਾਰਿਆਂ ਨੂੰ ਕਿੰਨੀਆਂ ਮਿਰਚਾਂ ਲੱਗਣੀਆਂ ਐਂਡ ਸਟਫ ਲਾਈਕ ਦੈਟ? ਨਹੀਂ ਨਹੀਂ ਭਾਜੀ, ਪਤਾ ਦਿੱਤੇ ਭਾਜੀ ਕੀ ਕਰਦੇ ਨੇ, ਉਹ ਕੁਛ ਮਤਲਬ ਉਹਨਾਂ ਨੇ ਕਹਿਤਾ ਤੇ ਬਾਅਦ ਵਿੱਚ ਪਤਾ ਲੱਗਦਾ ਵੀ ਉਹ ਅੱਛਾ ਮਤਲਬ ਤੁਸੀਂ ਕਹਿਤਾ, ਉਹ ਆਪਣੇ ਡਿਸੀਜਨ ਮਤਲਬ ਕਹਿਣ ਦਾ ਮਤਲਬ ਉਹ ਉਹਨਾਂ ਦੇ ਡਿਸੀਜਨ ਆਪਣੇ ਹੁੰਦੇ ਨੇ ਜੀ, ਮਤਲਬ ਹਨਾ ਉਹ ਕਿਸੇ ਦੇ ਉੱਪਰ ਲਾਈ ਨਹੀਂ ਕਰਦੇ, ਚੰਗਾ ਹੋਵੇ ਮਾੜਾ ਹੋਵੇ, ਸੋ ਉਹਨਾਂ ਨੇ ਬਸ ਕਹਿਤਾ, ਉਹਨਾਂ ਨੇ ਕਹਿਤਾ ਤੇ ਕਹਿਤਾ ਬਸ ਹੋ ਗਿਆ ਠੀਕ ਬਸ। ਅੱਛਾ ਠੀਕ ਹੈ, ਸੋ ਇਸ ਫਿਲਮ ਦੇ ਦੌਰਾਨ ਯੂ ਵਰ ਰੋਮਾਂਸਿੰਗ ਅ ਬਿਊਟੀਫੁਲ ਮੋਨਿਕਾ and you know your wife was also on the sets, I've heard. actually na ki hoya si, main aditya paaji nu pehle keh dat siga, main keh dekho koi bhi age normal natural gall hai ji, to family member koi bhi tode sab chahe mummy daddy parents hona te edan de scene vich na oh feel nahi aanda hai te fir oh feel le aun ਮੋਨਿਕਾ ਨੂੰ ਸਿਰਫ ਸੈਟ ਤੇ ਮਿਲਿਆ ਸੀ। ਆਪਣੀ ਜਨਾਨੀ ਨੂੰ ਝਟਕਾ ਲਾਤਾ ਹੁੰਦਾ ਇੱਕ, ਇਹ ਕਹਿੰਦੀ ਹੋਏ ਕਹਿੰਦੀ ਕਿਵੇਂ ਫਲਾਨਾ ਤੇ ਦੂਰ ਦੂਰ ਰਹੇ ਹੋ, ਮੈਂ ਦੂਰ ਦੂਰ ਨੈਚੁਰਲ ਜੀ ਗੱਲ ਰਾਈਟ। ਸੋ ਚਲੋ ਦੇਖਿਆ ਤੇ ਕਿੱਦਾਂ ਦਾ ਲੱਗਿਆ ਨਾਜ਼, ਅਮਨ ਕੀ ਰਿਐਕਸ਼ਨ ਸੀਗਾ, ਉਂਗਲਾ ਫੜ ਕੇ ਮਰੋੜੀਆਂ ਨੀ? ਮੈਂ ਤਾਂ ਬਹੁਤ ਔਖੀ ਸੀ, ਪਰ ਮੈਂ ਹੁਣ ਸੌਖੀ ਆ, ਮੈਨੂੰ ਆਦਤ ਹੋ ਗਈ ਹੈ। ਅੱਛਾ, ਯਾਨੀ ਹੁਣ ਤੁਸੀਂ ਹੋਰ ਪ੍ਰੋਜੈਕਟਸ ਤੇ ਕੰਮ ਕਰ ਰਹੇ ਹੋ ਦਾ ਮਤਲਬ? ਜੀ। ਓਕੇ, ਸੋ ਐਨੀ ਐਕਸਕਲੂਸਿਵਸ ਦੈਟ ਯੂ ਵਾਂਟ ਟੂ ਸ਼ੇਅਰ? ਮੇਰੀ ਨਾ ਵੈਬ ਸੀਰੀਜ਼ ਆ ਰਹੀ ਹੈ, ਉਹ ਪਰ ਵੈਬ ਸੀਰੀਜ਼ ਹੋਗੀ ਟੂ ਬੀ ਆਨਸ 18+। ਅੱਛਾ, ਓਕੇ। ਉਹ ਹੈਗੀ ਆ ਆਸਟ੍ਰੇਲੀਅਨ, ਜਿਹੜੇ ਆਪਣੇ ਸਟੂਡੈਂਟ ਆਉਂਦੇ ਨੇ ਨਾ, ਤੁਸੀਂ ਬਹੁਤ ਸਾਰੇ ਦੇਖਣ ਸਟੂਡੈਂਟ ਦੀ ਲਾਈਫ ਹਾਰਡ ਦਿਖਾਈ ਜਾਂਦੀ ਆ, ਪਰ ਉਹ ਉਹਨਾਂ ਦੇ ਲੈਜਰ ਕੀ ਆ, ਵਾਟ ਦੇ ਡੂ ਬਿਹਾਈਂਡ ਦ ਸੀਨ, ਉਹ ਚੀਜ਼ ਦਿਖਾਉਣੀ ਆ। ਓਕੇ, ਐਂਡ ਦਿਸ ਵੈਬ ਸੀਰੀਜ਼ ਇਜ਼ ਕਮਿੰਗ ਔਨ YouTube ਓਨਲੀ? ਨੈਟਫਲਿਕਸ। ਨੈਟਫਲਿਕਸ ਤੇ ਆ ਰਹੀ ਹੈ, ਅਰੇ ਵੈਰੀ ਨਾਈਸ। ਓਕੇ, ਕੌਣ ਡਾਇਰੈਕਟ ਕਰ ਰਿਹਾ? ਉਹਨਾਂ ਨਾਲ ਸਾਡਾ ਸਾਰਾ ਡੀਲ ਹੋ ਚੁੱਕਿਆ ਜੀ, ਸੋ ਬਸ ਜਿੱਦਾਂ ਹੀ ਲੋਕਡਾਊਨ ਫਿਨਿਸ਼ ਹੁੰਦਾ ਤੇ ਉਸ ਤੋਂ ਬਾਅਦ ਅਸੀਂ ਹੋਪਫੁਲੀ ਸ਼ੂਟਿੰਗ ਵਿਦ ਇਨ ਅ ਮੰਥ ਟੂ ਸਟਾਰਟ ਕਰ ਦੇਣੀ ਆ।
ਸੋ ਉਹਨਾਂ ਨੂੰ ਅਸੀਂ 5 ਐਪੀਸੋਡ ਬਣਾ ਕੇ ਦੇਣੇ ਨੇ ਓਕੇ ਸੋ 5 ਐਪੀਸੋਡ ਦਾ ਕੰਟੈਕਟ ਹੋਇਆ ਸਾਡਾ ਓਕੇ ਸੋ ਤੁਸੀਂ ਪ੍ਰੋਡਿਊਸ ਕਰ ਰਹੇ ਹੋ ਉਹਨੂੰ ਨਹੀਂ 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 ਪ੍ਰੋਡਿਊਸਰ ਸਾਨੂੰ ਨੈਟਫਲਿਕਸ ਬਜਟ ਦਊਗਾ ਅਸੀਂ ਜੋ ਵੀ ਪੈਸੇ ਲਾਣਗੇ ਉਹਨਾਂ ਨੇ ਕਿਹਾ ਵੀ ਸਾਨੂੰ ਤੁਸੀਂ ਬਜਟ ਦੇ ਦਿਓ ਜੋ ਵੀ ਹੋਊਗਾ ਤੇ ਦੈਨ ਪ੍ਰੋਡਿਊਸਰ ਇੱਥੋਂ ਦੇ ਨੇ ਸਾਡੇ ਮੈਲਬਨ ਦੇ ਜੀ ਜਿਹੜੇ ਹੈਗੇ ਤੇ ਇਹਨੂੰ ਡਾਇਰੈਕਟ ਫੋਨ ਕਰ ਰਹੇ ਡਾਇਰੈਕਟ ਮੈਲਬਨ ਦੇ ਹੀ ਨੇ ਸਾਰੇ ਇੱਕ ਇੱਥੋਂ ਦੇ ਮੁੰਡੇ ਤੁਸੀਂ ਜਿਹਨੇ ਸਾਡੀ ਫਿਲਮ ਦੀ ਡੀਓਪੀ ਕੀਤੀ ਸੀ ਤੇ ਇੱਕੋ ਮੁੰਡਾ ਉਹ ਆ ਤੇ ਇੱਕ ਉਹਦਾ ਫਰੈਂਡ ਹਰਜੋਤ ਸਿੰਘ ਇੱਥੋਂ ਹੀ ਨੇ ਦੋਵੇਂ ਮੈਲਬਨ ਤੋਂ ਜੀ ਅੱਛਾ ਠੀਕ ਹੈ ਸੋ ਆਈ ਮੀਨ ਵਾਟ ਇਜ਼ ਇਟ ਕਾਲਡ ਕੋਈ ਟਾਈਟਲ ਫਿਕਸ ਹੋਇਆ ਹਲੇ ਨਹੀਂ ਟਾਈਟਲ ਨੇ ਫਿਲਹਾਲ ਨਹੀਂ ਰੱਖਿਆ ਜੀ ਹਲੇ ਨਹੀਂ ਰੱਖਿਆ ਸੋ ਯੂ ਵੇਟਿੰਗ ਫॉर द ਲੌਕਡਾਊਨ ਟੂ ਵੈਸੇ ਉੱਥੇ ਲੌਕਡਾਊਨ ਦਾ ਕੀ ਹਾਲ ਹੈ ਇੱਥੇ ਲੌਕਡਾਊਨ ਨਹੀਂ ਇੰਨਾ ਨਹੀਂ ਹੈਗਾ ਸਾਰੇ ਰਿਸਟ੍ਰਿਕਸ਼ਨ ਈਜ਼ੀ ਨੇ ਇੱਥੇ ਤੇ ਮਤਲਬ ਤੁਸੀਂ ਬਾਹਰ ਜਾ ਸਕਦੇ ਹੋ ਆਪਣੇ ਫਰੈਂਡਸ ਨੂੰ ਮਿਲ ਸਕਦੇ ਹੋ ਗਰੋਸਰੀ ਹੋ ਗਿਆ ਕੰਮ ਲਈ ਹੋ ਗਿਆ ਤੁਸੀਂ ਕੋਈ ਹਸਪੀਟਲ ਵਗੈਰਾ ਜਾਣਾ ਵਾ ਤੁਸੀਂ ਜਾ ਸਕਦੇ ਹੋ ਮਤਲਬ ਇੱਥੇ ਇਦਾਂ ਨਹੀਂ ਹੈਗਾ ਜੀ ਸ਼ੂਟਿੰਗ ਵਗੈਰਾ ਹਾਂਜੀ ਕੀ ਕਹਿੰਦੇ ਹੋ ਮੈਂ ਕਿਹਾ ਐਂਟਰਟੇਨਮੈਂਟ ਸੈਕਟਰ ਸ਼ੂਟਸ ਵਗੈਰਾ ਹੋ ਰਹੀਆਂ ਉੱਥੇ ਸ਼ੂਟਸ ਹਜੇ ਨਹੀਂ ਹੋਈਆਂ ਫਿਲਹਾਲ ਕਿਉਂਕਿ ਤੁਸੀਂ ਮਤਲਬ 10 ਬੰਦੇ ਤੋਂ ਬਾਅਦ ਗੈਦਰਿੰਗ ਨਹੀਂ ਕਰ ਸਕਦੇ ਹੈ ਕਿ ਫਿਰ ਉਹ ਕਹਿੰਦੇ ਵੀ ਜੇ ਤੁਸੀਂ ਮਹੀਨਾ ਹੋਰ ਵੇਟ ਕਰ ਲਓ ਦੈਨ ਨਾ ਹੌਲੀ ਹੌਲੀ ਸ਼ੁਰੂ ਕਰ ਦਾਂਗੇ ਸਾਰਾ ਕੁਝ ਠੀਕ ਫਾਈਨ ਅੱਛਾ ਹੁਣ ਮੈਨੂੰ ਇਹ ਦੱਸੋ ਕਿ ਜਦੋਂ ਤੁਸੀਂ ਆਪਣੀਆਂ ਹੋਮ ਵੀਡੀਓਜ਼ ਬਣਾਉਂਦੇ ਹੋ ਆਈ ਮੀਨ ਸਟਾਰਟਿੰਗ ਜਦੋਂ ਕੀਤੀ ਸੀਗੀ ਫॉर ਯੋਰ ਹੋਮ ਵੀਡੀਓਜ਼ ਉਸ ਟਾਈਮ ਤੇ ਕਿਹਦੀ ਯੂ نو ਕਿਹਦਾ ਆਈਡੀਆ ਸੀਗਾ ਕਿ ਐਦਾਂ ਬਣਾਣੇ ਮੇਰਾ ਹੀ ਸੀਗਾ ਜੀ ਉਸ ਟਾਈਮ ਕਿਉਂਕਿ ਜਦੋਂ ਮੈਂ ਇੰਡੀਆ ਸੀਗਾ ਮੈਂ ਉਹ ਥੀਏਟਰ ਕਰ ਦਿੰਦੇ ਸੀ ਇੰਡੀਆ ਦੇ ਵਿੱਚ ਜਦੋਂ ਇੱਥੇ ਆ ਗਏ ਫਿਰ ਇੱਥੇ ਮੈਂ ਨਾ ਵੀਡੀਓਜ਼ ਤੋਂ ਪਹਿਲਾਂ ਅਸੀਂ ਲਾਈਵ ਸਟੇਜ ਤੇ ਇੱਕ ਕੋਰੀਓਗ੍ਰਾਫੀ ਕਰਨੀ ਉਹ ਜਿੱਕਣ ਉਹ ਕਰਨੀ ਅਸੀਂ ਜਿੱਦਾਂ ਕਿ ਸਾਲ ਚ ਕੋਈ ਵਿਸਾਖੀ ਦਾ ਮੇਲਾ ਆ ਗਿਆ ਤਿਉਹਾਰ ਆ ਗਿਆ ਉਦੋਂ ਹੀ ਕੋਈ ਫੰਕਸ਼ਨ ਹੁੰਦਾ ਸੀ ਤਾਂ ਪਬਲਿਕ ਗੈਦਰਿੰਗ ਹੁੰਦੀ ਸੀ ਤੇ ਫਿਰ ਉਸ ਤੋਂ ਬਾਅਦ ਸੋਚਿਆ ਯਾਰ ਉਹ ਕੀੜਾ ਨਹੀਂ ਹੁੰਦਾ ਤੁਹਾਡੇ ਅੰਦਰ ਕੀੜਾ ਹੁੰਦਾ ਐਕਟਿੰਗ ਕਰਨ ਦਾ ਤੁਹਾਨੂੰ ਕੈਮਰੇ ਦੀ ਭੁੱਖ ਹੁੰਦੀ ਆ ਉਹ ਫਿਰ ਫੇਸਬੁੱਕ ਦਾ ਇੱਕ ਦੌਰ ਜਿਹਾ ਸ਼ੁਰੂ ਹੋ ਗਿਆ 2014-15 ਦੇ ਵਿੱਚ ਜ਼ਿਆਦਾ ਫਿਰ ਉਸ ਤੋਂ ਬਾਅਦ ਮੈਂ ਕਿਹਾ ਨਹੀਂ ਕੁਛ ਸੋਸ਼ਲੀ ਹੋ ਜੇ ਸਾਰਾ ਕੁਛ ਨਾ ਲੋਕਾਂ ਥੋੜੀ ਜਿਹੀ ਕਲਿਪਸ ਬਣਾ ਕੇ ਲੈਟ ਸੀ ਕਿੱਦਾਂ ਲੋਕ ਰਿਐਕਟ ਕਰਦੇ ਨੇ ਜਾਂ ਤੁਹਾਨੂੰ ਰਿਸਪੌਂਸ ਦਿੰਦੇ ਤੇ ਫਿਰ ਆਈ ਮੀਨ ਉਸ ਦੌਰਾਨ ਤੁਸੀਂ ਕੀ ਕੈਮਰਾ ਇਕੁਇਪਮੈਂਟ ਯੂਜ਼ ਕਰਦੇ ਸੀ ਵਾਟ ਵਾਸ ਦ ਟੈਕਨੀਕਲ ਆਈ ਮੀਨ ਹਾਊ ਡਿਡ ਯੂ ਚੇਂਜ ਉਸ ਟਾਈਮ ਤੇ ਕੀ ਯੂਜ਼ ਕਰਦੇ ਸੀ ਤੇ ਹੁਣ ਕੀ ਯੂਜ਼ ਕਰਦੇ ਹੋ ਦੇਖੋ ਜੀ ਮੈਂ ਉਦੋਂ ਯੂਜ਼ ਕਰਦਾ ਸੀ ਆਈਫੋਨ 3G ਤੇ ਹੁਣ ਯੂਜ਼ ਕਰਦਾ ਆਈਫੋਨ X ਕੋਈ ਗਿੰਬਲ ਨਹੀਂ ਲਿੱਤਾ ਕੁਝ ਨਹੀਂ ਲਿੱਤਾ ਨਥਿੰਗ ਗਿੰਬਲ ਦੇਖੋ ਸਾਰਾ ਕੁਝ ਸਾਡੇ ਕੋਲ ਹੈਗਾ ਵਾ ਪਰ ਮੈਂ ਚੀਜ਼ਾਂ ਥੋੜਾ ਲੇਜ਼ੀ ਆ ਮੈਂ ਕਹਿੰਦਾ ਦੇਖੋ ਜੇ ਕੰਟੈਂਟ ਵਧੀਆ ਹੋਵੇ ਤੁਹਾਨੂੰ ਗਿੰਬਲ ਗੁੰਬਲ ਡਾਣਾ ਕੈਮਰਾ ਫੰਕਸ਼ਨ ਸਭ ਪਿੱਛੇ ਰਹਿੰਦੇ ਨੇ ਹੁਣ ਤੁਸੀਂ ਸਾਰੀ ਦਿਹਾੜੀ ਇੱਕ ਮਿਹਨਤ ਕਰੀ ਆਉਂਦੇ 2 ਦਿਨ 10 ਦਿਨ ਲਾ ਦੋ ਵੀਡੀਓ ਬਣਾਉਣ ਤੇ ਲੋਕਾਂ ਦਾ ਰਿਸਪੌਂਸ ਨਾ ਵਧੀਆ ਆਵੇ ਕੀ ਫਾਇਦਾ ਰਾਈਟ ਤੇ ਐਡੀਟਿੰਗ ਵਗੈਰਾ ਤੁਸੀਂ ਆਪ ਕਰਦੇ ਹੋ ਸਾਰੀ ਸਾਰੀ ਨਹੀਂ ਕਰਦਾ ਮੈਂ ਕੁਝ ਕੁ ਵੀਡੀਓ ਅੱਧੀ ਨਹੀਂ ਮੋਸਟਲੀ ਮੈਂ 90% ਆਪ ਹੀ ਕਰਦਾ 10% ਮੇਰਾ ਇੱਕ ਦੋਸਤ ਹੈ ਫੈਮਿਲੀ ਫਰੈਂਡ ਆ ਉਹ ਦਵਿੰਦਰ ਦੇਵਗਨ ਉਹ ਫੈਮਿਲੀ ਅੱਛੀ ਵੀਡੀਓ ਬਣਾਉਂਦੇ ਨੇ ਉਹ ਕਰ ਦਿੰਦੇ ਨੇ ਓਕੇ ਸੋ ਜਦੋਂ ਤੁਸੀਂ ਸ਼ੁਰੂ ਕੀਤਾ ਹੈ ਕੰਟੈਂਟ ਬਣਾਉਣਾ ਤੇ ਉਸ ਟਾਈਮ ਤੇ ਕਿਸੇ ਲੇਬਲ ਨੇ ਜਾਂ ਕਿਸੇ ਏਜੰਸੀ ਨੇ ਤੁਹਾਨੂੰ ਅਪਰੋਚ ਕੀਤਾ ਕਿ ਤੁਸੀਂ ਸਾਡੇ ਨਾਲ ਬਾਉਂਡ ਹੋ ਜਾਓ ਤੇ ਅਸੀਂ ਤੁਹਾਨੂੰ ਮੰਥਲੀ ਇਹ ਪੈਕੇਜ ਦਿੰਨੇ ਆ ਤੁਸੀਂ ਆਪਣਾ ਕੰਟੈਂਟ ਸਾਨੂੰ ਦੇ ਦਿਓ ਬਹੁਤ ਕੀਤਾ ਸੀ ਯੂ ਸਪੈਸ਼ਲੀ ਯੂਟਿਊਬ ਤੇ ਬਹੁਤ ਬਹੁਤ ਜ਼ਿਆਦਾ ਅਸੀਂ ਤੁਹਾਡਾ ਯੂਟਿਊਬ ਚੈਨਲ ਦੇਖ ਲੈਨੇ ਆ ਅਸੀਂ ਤੁਹਾਨੂੰ 40% ਦਵਾਂਗੇ 50% ਦਵਾਂਗੇ ਫਲਾਨਾ ਧਮਕਾ ਕਰਾਂਗੇ ਤੇ ਮੈਂ ਕਿਸੇ ਨਾਲ ਨਹੀਂ ਕੀਤਾ ਜੀ ਮੈਨੂੰ ਨਾ ਐਕਚੁਅਲੀ ਮੈਨੂੰ ਮੈਮ ਨਾਟ ਮਨੀ ਮਾਈਂਡਡ ਪਰਸਨ ਵੀ ਮੈਂ ਭੱਜਾਂ ਨਾ ਤੁਹਾਡੀ ਇਮੇਜ ਤੁਹਾਡੀ ਆਪਦੀ ਖਰਾਬ ਜੀ ਹੋ ਜਾਂਦੀ ਹੈ ਫਿਰ ਤੁਹਾਨੂੰ ਇੱਕ ਤੁਸੀਂ ਪਪਿਟ ਹੋ ਜਾਂਦੇ ਹੋ ਨਾ ਜੇ ਤੁਹਾਨੂੰ ਕਿਸੇ ਨਾਲ ਬੌਂਡ ਹੋ ਜਾਂਦੇ ਹੋ ਇਦਾਂ ਮੈਨੂੰ ਫ੍ਰੀਲੈਂਸ ਜਿਹਾ ਚੰਗਾ ਲੱਗਦਾ ਕੰਮ ਥੋੜਾ ਵੀ ਆਪਣਾ ਰਿਲੈਕਸ ਹੋ ਕੇ ਕਰੋ ਆਪਾਂ ਕਿਹੜਾ ਵੀ ਇੱਥੇ ਪੈਸੇ ਮਗਰ ਲੱਗਾ ਕੰਮ ਕਰ ਰਹੇ ਆਪਣੀ ਤੁਹਾਡੀ ਰੋਜ਼ੀ ਰੋਟੀ ਦਾ ਤੁਹਾਡੀ ਕੰਮ ਨਾ ਚੱਲ ਰਹੀ ਹੈ ਇਹ ਤਾਂ ਲਾਈਫ ਟਾਈਮ ਤਾਂ ਹੈ ਜੀ ਜੇ ਅੱਜ ਸਾਨੂੰ ਕੋਈ ਲੋਕ ਦੇਖਣਾ ਪਸੰਦ ਕਰਦੇ ਨੇ ਇਹ ਜ਼ਰੂਰੀ ਥੋੜੀ ਕੱਲ ਨੂੰ ਵੀ ਦੇਖਣਾ ਪਸੰਦ ਕਰਨਗੇ ਰਾਈਟ ਸੋ ਆਈ ਮੀਨ ਜਦੋਂ ਤੁਸੀਂ ਕਰਨਾ ਸ਼ੁਰੂ ਕੀਤਾ ਫੈਮਿਲੀ ਵੱਲੋਂ ਕੀ ਰਿਸਪੌਂਸ ਸੀਗਾ ਘਰੋਂ ਗਾਲਾਂ ਨਹੀਂ ਪੈਂਦੀਆਂ ਸੀਗੀਆਂ ਕਿ ਤੁਸੀਂ ਕੀ ਕਰੀ ਜਾਂਦੇ ਹੋ ਸਾਰਾ ਟਾਈਮ ਨਹੀਂ ਫੈਮਿਲੀ ਤਾਂ ਫਾਈਨ ਸੀਗੀ ਜਿਹੜੇ ਨੇਬਰ ਸੀਗੇ ਗੁਆਂਢੀ ਸੀਗੇ ਰਿਸ਼ਤੇਦਾਰ ਸੀਗੇ ਕਹਿੰਦੇ ਤੁਸੀਂ ਕੀ ਜਲੂਸ ਕੱਢਿਆ ਮੈਂ ਕਿਹਾ ਬੜਾ ਗੈਂਡ ਕੱਢਿਆ ਦੇ ਲੋ ਤੁਸੀਂ ਵੀ ਰਾਈਟ ਤੇ ਫਿਰ ਹੁਣ ਉਹ ਪ੍ਰਾਊਡ ਕਰਦੇ ਨੇ ਸਾਡੇ ਰਿਸ਼ਤੇਦਾਰ ਨੇ ਇਹ ਸਾਡਾ ਕਜ਼ਨ ਆ ਇਹ ਸਾਡਾ ਫਲਾਨਾ ਧਮਕਾ ਇਹ ਉਹ ਤਾਂ ਹੁਣ ਇਹ ਕਹਿੰਦੇ ਨੇ ਕਿ ਸਾਨੂੰ ਪਲਾਂਟ ਕਰ ਦੋ ਆਪਣੀ ਵੀਡੀਓ ਦੇ ਵਿੱਚ ਕਿਤੇ ਮੈਂ ਅੰਕਲ ਬਣ ਜਾਊਂਗਾ ਮੈਂ ਆਂਟੀ ਬਣ ਜਾਊਂਗੀ ਬਹੁਤ ਕਹਿੰਦੇ ਨੇ ਮੈਂ ਵੀ ਟੀਟ ਮੈਂ ਕਰਦੀ ਨਹੀਂ ਕਿਸੇ ਓਕੇ ਫਾਈਨ ਸੋ ਨਾਸ ਵਰ ਯੂ ਆਲਵੇਸ ਸਪੋਰਟਿਵ ਕਿ ਤੁਸੀਂ ਹਮੇਸ਼ਾ ਇਹਨਾਂ ਦਾ ਸਾਥ ਦਿੱਤਾ ਕਿ ਹਾਂ ਠੀਕ ਹੈ ਚਲੋ ਜਿੱਦਾਂ ਕਹਿੰਦੇ ਉਹਦਾ ਕਰੀ ਚਲੋ ਜ਼ਿਆਦਾ ਮੰਮੀ ਨੇ ਦਿੱਤਾ ਮੈਂ ਘੱਟ ਦਿੱਤਾ ਬਟ ਵਾਈ ਕਿਉਂਕਿ ਮੈਨੂੰ ਇਹ ਜਦ ਦੇਖੋ ਕੈਮਰਾ ਆਨ ਕਰ ਦਿੰਦਾ ਸੀ ਇਹ ਥੋੜੀ ਦੇਖਣਾ ਵੀ ਜਿੰਨਾ ਨਿਕਦਾ ਬੈਠੀ ਹੈ ਮੈਂ ਕਿਹਾ ਹੱਦ ਹੁੰਦੀ ਹੈ ਬਜ਼ਰ ਪ੍ਰਪੇਅਰ ਤਾਂ ਹੁੰਦੇ ਹੋ ਨਹੀਂ ਆਹੀ ਚਾਹੀਦਾ ਮੈਨੂੰ ਆਹੀ ਚਾਹੀਦਾ ਰਾਈਟ ਸੋ ਮੰਮੀ ਆਲਵੇਸ ਬੈਠੀ ਤੇ ਡੋਂਟ ਕੇਅਰ ਕਿ ਮੇਰੇ ਉਹੀ ਸ਼ਾਲ ਲਿਆ ਹੋਇਆ ਕਿ ਨਹੀਂ ਮੇਰੇ ਵਰਗੇ ਨੂੰ ਸੋਚਣਾ ਪੈਂਦਾ ਪਰ ਇਹਨਾਂ ਨੇ ਫਿਰ ਵੀ ਉਦਾਂ ਹੀ ਬਿਠਾ ਦੇਣਾ ਰਾਈਟ ਸੋ ਮੈਨੂੰ ਲੱਗਦਾ ਉਹੀ ਚੀਜ਼ ਕਲਿੱਕ ਕੀਤੀ ਬਿਕਾਜ਼ ਯੂ نو ਤੁਹਾਡੇ ਥਰੂ ਲੋਕੀ ਆਪਣੇ ਆਪ ਨੂੰ ਦੇਖਦੇ ਹੁੰਦੇ ਸੀ ਉਹਦੇ ਚ
ਤੇ ਐਂਡ ਉਹਦੇ ਬਾਅਦ ਇੱਕ ਗੱਲ ਦੱਸੋ, ਜਿਹੜੇ ਕਪਲਸ ਹੈਗੇ ਆ who had problems, you know, probably the couples jinna di problems tusi show kitiyan ya kuch edda loki tonu bhejda ki vire ede te bana main bada dukhi ha edda di problem hai ki mere kare ede te bana vire bahut ji bahut bahut jyada especially foreign life de vich jani ki tusi yakeen manno 50% divorce cases ne indian family de vich bahut jyada ਕੋਈ ਆਪਣੀ ਨੌ ਸੱਸ ਤੋਂ ਪਰੇਸ਼ਾਨ ਆ, ਕੋਈ ਦੇ ਹਸਬੈਂਡ ਬਾਹਰ ਫੇਰ ਨੇ, ਕਿਸੇ ਵਾਈਫ ਦੇ ਬਾਹਰ ਫੇਰ ਨੇ, ਕਦੇ ਕੋਈ ਬਸ ਏਦਾਂ ਦੇ ਚੱਕਰ ਚੱਲੀ ਜਾਂਦੇ ਨੇ। ਸੋ ਹਰ ਇੱਕ ਬੰਦਾ ਆਪਣੀ ਲਾਈਫ ਸ਼ੇਅਰ ਕਰ ਦਿੰਦਾ, ਕਈ ਵਾਰ ਦੁਖੀ ਦੁੱਖ ਵੀ ਲੱਗਦਾ ਯਾਰ ਕਿਉਂ ਹੋ ਰਿਹਾ ਏਦਾਂ। ਫਿਰ ਜਦੋਂ ਬਣਾਉਂਦੇ ਫਿਰ ਜਦੋਂ ਓਦਾਂ ਓਦਾਂ ਦੀ ਵੀਡੀਓ ਬਣਾਉਂਦੇ ਨੇ, ਫਿਰ ਲੋਕਾਂ ਨੂੰ ਕਈ ਨਾ ਹਜਮ ਨਹੀਂ ਆਉਂਦੀ ਚੀਜ਼, ਯਾਰ ਏਦਾਂ ਕਿਉਂ ਸ਼ੋ ਕਰਦਾ ਕੁੜੀ ਵੀ, ਯਾਰ ਸਾਰੀਆਂ ਮੁੰਡੇ ਸਹੀ ਨੀ ਹੁੰਦੇ, ਸਾਰੀਆਂ ਕੁੜੀਆਂ ਸਹੀ ਨੀ ਹੁੰਦੀਆਂ, ਤੁਹਾਨੂੰ ਕੀ ਲੱਗਦਾ ਵੀ ਤੁਹਾਡੀ ਇੱਕ ਨਾ ਥੋੜੀ ਵੱਜਦੀ ਹੁੰਦੀ ਹੈ ਨਾ। ਹਰ ਇੱਕ ਬੰਦੇ ਚ ਕੋਈ ਨਾ ਕੋਈ ਪ੍ਰੋਬਲਮ ਤਾਂ ਹੁੰਦੀਆਂ ਨੇ। ਸੋ ਬਣਾ ਦੇ ਦੀਆਂ ਨੇ, ਕੇਅਰ ਨਹੀਂ ਕਰੀਦੀ ਲੋਕਾਂ ਦੀ, ਇਹ ਤਾਂ ਬੋਲਦੇ ਰਹਿੰਦੇ ਨੇ। ਰਾਈਟ। ਅੱਛਾ ਮੈਨੂੰ ਇੱਕ ਗੱਲ ਦੱਸੋ ਸੈਮੀ, ਤੁਸੀਂ ਐਜ਼ ਐਨ ਇੰਡੀਅਨ ਜਦੋਂ ਤੁਸੀਂ ਪੁਲਿਸ ਡਿਪਾਰਟਮੈਂਟ ਜੁਆਇਨ ਕੀਤਾ, ਲੋਕਾਂ ਨੂੰ ਪਤਾ ਤੁਸੀਂ ਇੰਡੀਅਨ ਹੈਗੇ ਹੋ, ਬਹੁਤ ਵਾਰੀ ਅਸੀਂ ਦੇਖਦੇ ਹਾਂ ਦੇਰ ਇਜ਼ ਅ ਰੇਸਿਜ਼ਮ, ਦੇਰ ਇਜ਼ ਸਮਥਿੰਗ ਲਾਈਕ ਦੈਟ। ਤੁਹਾਡੇ ਨਾਲ ਕਦੇ ਐਦਾਂ ਦੀ ਰੇਸਿਜ਼ਮ ਹੋਈ ਹੈ ਐਟ ਵਰਕ? ਨਹੀਂ 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 ਜੀ, ਨਹੀਂ ਐਦਾਂ ਨਹੀਂ ਹੋਈ। ਅਸਲ ਚ ਨਾ ਜ਼ਿਆਦਾ ਮੀਡੀਆ ਦਾ ਕੰਮ ਹੈ ਜੀ। ਹੁਣ ਕਹਿੰਦੇ ਦੇ ਬੰਬ ਪਾਕਿਸਤਾਨ ਚੱਲਦਾ ਤੇ ਨਿਊਜ਼ ਖਬਰ ਇੰਡੀਆ ਦੇ, ਇੰਡੀਆ ਨੂੰ ਕੋਈ ਮਤਲਬ ਨਹੀਂ ਹੈਗਾ, ਇਹ ਪ੍ਰੋਬਲਮ ਆ। ਮਾੜੀ ਜਿਹੀ ਗੱਲ ਨੂੰ ਹੁਣ ਰੇਸਿਜ਼ਮ ਦਾ ਕੀ ਹੁੰਦਾ, ਪਹਿਲਾਂ ਇੱਕ ਤੁਹਾਨੂੰ ਦੱਸਦਾ ਕਹਾਣੀ। ਇੱਥੇ ਆਸਟ੍ਰੇਲੀਆ ਦੇ ਵਿੱਚ ਗੱਲਿਆ ਇਸ ਦੌਰ ਵੀ ਸਟੂਡੈਂਟਾਂ ਤੇ ਹਮਲੇ ਹੁੰਦੇ ਨੇ, ਸ਼ਾਇਦ ਤੁਸੀਂ ਉਹ ਖਬਰ ਸੁਣੀ ਹੋਣੀ ਨਾ ਬਹੁਤ ਟਾਈਮ ਪਹਿਲਾਂ। ਹੁਣ ਰਾਤ ਸਟੂਡੈਂਟ ਨੇ ਹੈ ਜੀ ਜਿਹੜੇ, ਉਹ ਰਾਤ ਨੂੰ ਕੰਮ ਕਰਦੇ ਨੇ, ਰਾਤਾਂ ਨੂੰ ਕੰਮ ਕਰਦੇ ਨੇ, ਠੀਕ ਹੈ ਜੀ। ਰਾਤੋਂ ਲਾਸਟ ਟ੍ਰੇਨ ਉਹਨੇ ਘਰ ਨੂੰ ਵਾਪਸ ਆਉਣਾ, ਤੇ ਹੁਣ ਰਾਸਤੇ ਵਿੱਚ ਕੋਈ ਡਰੱਗੀ ਖੜਾ, ਨਸ਼ੇੜੀ ਖੜਾ, ਉਹਨਾਂ ਨੂੰ ਤਾਂ ਉਹੀ ਬੰਦਾ ਟਾਰਗੇਟ ਕਰਨਾ ਜਿਹੜਾ ਅਲੋਨ ਜਾ ਰਿਹਾ। ਰਾਈਟ ਰਾਈਟ ਰਾਈਟ। ਸੋ ਫਿਰ ਮੀਡੀਆ ਨੇ ਇੱਦਾਂ ਬਣਾ ਲਿਆ ਵੀ ਸਿਰਫ ਇੰਡੀਅਨ ਸਟੂਡੈਂਟ ਹੀ ਟਾਰਗੇਟ ਹੁੰਦੇ। ਉਹ ਕੁਦਰਤੀ ਹੁੰਦੇ ਸੀਗੇ ਰੀਜ਼ਨ, ਕਿ ਉਹ ਬੰਦੇ ਹਾਰਡ ਵਰਕ ਕਰਦੇ ਸੀ, ਸਾਰੀ ਰਾਤ ਕੰਮ ਕਰਦੇ ਸੀ, ਲਾਸਟ ਟ੍ਰੇਨ ਫੜ ਕੇ ਘਰ ਜਾਂਦੇ ਸੀ, ਉਹ ਕੁਦਰਤੀ ਉਹੀ ਉਹਨਾਂ ਦੇ ਅੜ ਕੇ ਆ ਜਾਂਦੇ ਸੀਗੇ। ਤੋ ਫਿਰ ਉਹ ਇੱਕ ਰੋਬਰੀ ਨੂੰ, ਇੱਕ ਨਾਰਮਲ ਰੋਬਰੀ ਨੂੰ ਉਹ ਰੇਸਿਸਟ ਬਣਾ ਦਿੱਤਾ ਗਿਆ ਸੀ। ਤੇ ਉਹ ਜਿਹੜਾ ਬੱਸ ਦੇ ਵਿੱਚ ਅਟੈਕ ਹੋਇਆ ਸੀ ਮੁੰਡੇ ਤੇ, ਉਹਦਾ ਪਤਾ ਨਹੀਂ ਕੀ ਇਸ਼ੂ ਸੀ, ਉਹ ਤਾਂ ਹਜੇ ਤੱਕ ਮਤਲਬ ਕੇਸ ਚੱਲੀ ਜਾ ਰਿਹਾ। ਤੇ ਉਹ ਕਹਿੰਦੇ ਕੋਈ ਮੈਂਟਲ ਕੇਸ ਸੀ ਉਹ ਬੰਦੇ ਦਾ ਜਾਂ ਕੀ ਸੀਗਾ, ਹਜੇ ਤੱਕ ਕੋਈ ਕੁਝ ਬਾਹਰ ਨਹੀਂ ਆਇਆ ਪ੍ਰੋਪਰ ਵੀ ਉਹਨੇ ਕਿਉਂ ਕੀਤਾ। ਆਲਰਾਈਟ, ਸੋ ਕਮਿੰਗ ਟੂ ਯੂ ਗਾਇਜ਼ ਅਗੇਨ, ਤੁਹਾਡੀ ਫੈਮਿਲੀ ਦੇ ਵਿੱਚ ਕੌਣ ਕੌਣ ਹੈਗਾ? ਮੈਂ, ਮੇਰੀ ਪਰਸਨਲ ਵਾਈਫ, ਮੇਰੇ ਦੋ ਬੱਚੇ, ਮੇਰੀ ਬੇਟੀ ਦਾ ਨਾਂ ਹੈਗਾ ਜੀ ਆਫਰੀਨ, ਮੇਰੇ ਬੇਟੇ ਦਾ ਨਾਂ ਹੈਗਾ ਕਬੀਰ, ਤੇ ਮੇਰੇ ਮੰਮੀ ਤੇ ਮੇਰੇ ਡੈਡੀ, ਅਸੀਂ 6 ਜਣੇ ਰਹਿੰਦੇ ਹਾਂ। ਵੈਰੀ ਨਾਈਸ। ਸੋ ਆਪਸ ਵਿੱਚ ਤੁਹਾਡੀਆਂ ਐਕਚੁਅਲੀ ਕੀ ਕੀ ਪ੍ਰੋਬਲਮਸ ਹੁੰਦੀਆਂ ਮੈਨੂੰ ਦੱਸੋ, ਮਤਲਬ ਹਸਬੰਡ ਵਾਈਫ ਦੀ ਪ੍ਰੋਬਲਮ ਜਾਂ ਹਸਬੰਡ ਵਾਈਫ ਨੂੰ ਸਾਸ, ਯਾਨੀ ਜਿਹੜੀਆਂ ਚੀਜ਼ਾਂ ਤੁਸੀਂ ਦਿਖਾਉਂਦੇ ਹੋ ਤੁਹਾਡੇ ਨਾਲ ਹੁੰਦੀਆਂ? ਆਫ ਕੋਰਸ ਹੁੰਦੀਆਂ ਨੇ, ਹਰ ਘਰ ਚ ਹੁੰਦੀਆਂ ਨੇ, ਤੁਹਾਡੇ ਨਾਲ ਵੀ ਹੋਣਗੇ, ਤੁਹਾਡੀ ਜੇ ਸੱਸ ਨੂੰ ਪਤਾ ਹੋਣਾ। ਆ ਦੇਖੋ ਬਾਹਰ ਹੁੰਦੀਆਂ ਨੇ, ਕਿਉਂਕਿ ਕਦੇ ਇਹ ਚੀਜ਼ਾਂ ਕਦੇ ਸਟਾਪ ਨਹੀਂ ਹੋ ਸਕਦੀਆਂ, ਤੁਸੀਂ ਘੱਟ ਕਰ ਸਕਦੇ ਹੋ ਜੀ, ਬਿਲਕੁਲ ਬੰਦ ਨਹੀਂ ਹੋ ਸਕਦੀਆਂ, ਕਿਉਂਕਿ ਜਿਹੜੀ ਇੱਕ, ਸੋਰੀ ਟੂ ਸੇ, ਲੇਡੀਜ਼ ਨਾ ਦੂਸਰੀ ਲੇਡੀ ਨੂੰ ਮਤਲਬ ਨਫ਼ਰਤ ਬੰਦ ਕਰਦੀ ਹੁੰਦੀ ਆ, ਜੈਲਸ ਫੈਕਟਰ ਬਹੁਤ ਜ਼ਿਆਦਾ ਹੁੰਦਾ। ਹਜੇ ਬੰਦੇ ਕਹਿੰਦੇ ਨੇ ਜਿੱਦਾਂ ਅੱਜ ਮੈਨੂੰ ਕਿਸੇ ਨੇ ਗੱਲ ਕੀ, ਜੇ ਮੰਨ ਲਾ ਇੱਕ ਮੁੰਡਾ ਇੱਕ ਮੁੰਡੇ ਨੂੰ ਕਹਿ ਦੇਵੇ ਯਾਰ ਤੇਰੇ ਸੂਟ ਵਧੀਆ ਨਹੀਂ ਲੱਗਦਾ, ਮੁੰਡਾ ਕਹਿੰਦਾ ਉਹ ਠੀਕ ਆ ਯਾਰ, ਹਾਂ ਵਧੀਆ ਨਹੀਂ ਹੈਗਾ ਫਲਾਣਾ, ਜੇ ਇੱਕ ਲੇਡੀਜ਼ ਨੂੰ ਕਹਿ ਦੇਵੇ ਯਾਰ ਤੇਰੇ ਸੂਟ ਵਧੀਆ ਨਹੀਂ, ਉਹਨੇ ਦੁਖੀ ਹੋਣਾ, ਅੱਛਾ ਤੇਰਾ ਬੜਾ ਵਧੀਆ ਸੀ ਕੰਜਰੀ ਆ ਫਲਾਣਾ। ਨਹੀਂ, ਵੈਰੀ ਟਰੂ। ਤੁਸੀਂ ਇੰਨੀ ਬਰੀਕੀ ਨਾਲ ਕਿਵੇਂ ਜਾਣਦੇ ਹੋ ਔਰਤਾਂ ਦੇ ਮਜ਼ਾਜ ਨੂੰ? ਬਸ ਪਤਾ ਨਹੀਂ, ਕਿਉਂਕਿ ਇਹਨਾਂ ਨੇ ਕਰੀਏ ਤਾਂ ਔਰਤ ਮਿਲੀ ਹੋਈ ਹੈ। Very nice, very nice. So guys, what are your upcoming projects besides the Netflix series? Nas, ਤੁਸੀਂ ਵੀ ਹੈਗੇ ਹੋ Netflix series ਵਿੱਚ? ਮੈਂ ਉਹਨਾਂ ਨਹੀਂ ਜਾਣਦੀ। ਨਹੀਂ ਆ ਜਾਂਦੀ ਇਹ ਸਿੰਗਿੰਗ ਕਰਨਾ, ਉਹ 18 ਪਲੱਸ ਹੈ ਨਾ, ਸ਼ੀ ਡਸਨਟ ਲਾਈਕ ਦੈਟ ਕਾਈਂਡ ਆਫ ਸਟਫ। ਸੋ ਓਕੇ, ਮੈਂ ਉਹ ਪ੍ਰੋਮੋਸ਼ਨ ਵੀ ਨਹੀਂ ਕਰਨਾ ਚਾਹੁੰਦਾ ਕਿ ਨਾ ਉਹ ਲੋਕ ਕਹਿੰਗੇ ਸਾਰਾ ਫੈਮਿਲੀ। ਮੈਂ ਕਿਹਾ ਐਦਾਂ ਦੇ ਕੰਟੈਂਟ ਬਹੁਤ ਚੱਲਦੇ ਆ, ਯੂ ਨੋ, ਕਲੋਜ਼ ਟੂ ਰਿਐਲਿਟੀ, ਅ ਲਿਟਲ ਰੋਅ। ਹਾਂ ਬਿਲਕੁਲ ਬਿਲਕੁਲ, ਜੋ ਚੀਜ਼ਾਂ ਅਸਲ ਚ ਹੁੰਦੀਆਂ ਨੇ ਜੀ ਨਾ, ਲੋਕ ਕਹਿੰਦੇ ਨੇ ਯਾਰ ਏਦਾਂ ਦਾ ਕਿਉਂ, ਏਦਾਂ ਦਾ ਕਿਉਂ, ਮਤਲਬ ਇਹ ਚੀਜ਼ਾਂ ਲਾਈਫ ਚ ਹੁੰਦੀਆਂ ਨੇ, ਖੁਦ ਉਹ ਕਹਿਣ ਵਾਲੇ ਲੋਕ ਵੀ ਕਰਦੇ ਨੇ, ਪਰ ਮੰਨਦਾ ਕੋਈ ਨਹੀਂ ਹੈਗਾ ਜੀ। ਕਹਿੰਦੇ ਤੁਹਾਡੇ ਨਾਲ ਹੋਈਆਂ ਸੀ ਜਦੋਂ ਤੁਸੀਂ ਇੱਥੇ ਆਏ ਸੀ? ਹਾਂਜੀ, ਤੁਹਾਡੇ ਨਾਲ ਹੋਈਆਂ ਸੀਗੀਆਂ ਜਦੋਂ ਤੁਸੀਂ ਇੱਥੇ ਆਏ ਸੀ? ਹਾਂ ਬਿਲਕੁਲ ਹੋਈਆਂ ਨੇ। What was the toughest decision you had to make in life? ਵਿਆਹ ਕਰਾ ਲੈ।
no, no, truthfully speaking, hai, bichari nu kanu hai, tang kar do tusi. Baad te jaake na, she is gonna tell you, haan, haan, koi nahi, hun, rote nahi milni. अच्छी दोस्त बन के रही अगे भी मैं हेल्प की मेरी हेल्प की सो चलता रहा मतलब बड़ा मैं एक बार सोचने लग गया फिर मैं सोचा नहीं यार बेचारी देख रही है इंडिया नहीं अच्छा कीता देखो दिल नहीं तोड़ना चाहिए किसी का सो ओके ग्रेट सो व्हेन डिड यू गेट अ पुलिस जॉब हाउ डिड यू गेट इट इट्स बीन 6 ईयर नाउ ते बस वही एग्जाम दिता इंग्लिश एग्जाम होया क्लियर होया फिर उस तो बाद इन्हां दी इंटरव्यूज हुंदियां ने जी 4-5 ओ साइकोलॉजिकल टेस्ट हुंदा फोन्स कम्युनिकेशन स्किल्स इंटरव्यू हुंदियां ने हाउ टू डील विद यू नो डिफरेंट काइंड ऑफ स्टफ सो जदों सारा कुछ क्लियर हो गया ते मैं बनना भी चाहुंदा सी वैसे जी मेरा ता मेरी लाइफ च ना असल च कोई एम ही नहीं सीगा टू बी ऑनेस्ट हुंदा नहीं कि यार देखियो जो कुछ हो गया मेरा हिसाब तो मैनूं एक्टिंग दा कीड़ा बत सीगा यार देखियो यार हो की हो गया ओ मैं रोटी तक लाउणी सी ਇਹਨੂੰ ਮੈਂ ਰੋਟੀ ਖਵਾਉਣੀ ਸੀ ਇਸ ਕਰਕੇ ਮੈਂ ਸੋਚਿਆ ਚਲੋ ਕੁਛ ਨਾ ਕੁਛ ਤਾਂ ਕਰਨਾ ਹੀ ਆ ਟ੍ਰਾਈ ਦਿਸ ਰਾਈਟ ਤੇ ਸਕਸੈਸ ਹੋ ਗਿਆ ਮੈਂ ਕਿਹਾ ਓਕੇ ਨਹੀਂ ਸੋ ਜਦੋਂ ਤੁਸੀਂ ਥੀਏਟਰ ਕਰਦੇ ਸੀ ਤਦੋਂ ਪੰਜਾਬ ਦੇ ਵਿੱਚ ਫਿਲਮਾਂ 'ਚ ਟ੍ਰਾਈ ਨਹੀਂ ਕੀਤਾ ਸੀਗਾ ਅੱਜ ਤੋਂ ਜੀ 15 ਸਾਲ ਪਹਿਲਾਂ ਇੰਨੀਆਂ ਫਿਲਮਾਂ ਬਣਦੀਆਂ ਨਹੀਂ ਸੀਗੀਆਂ ਸੌਰੀ 30 ਇਅਰਸ ਅਗੋ ਤੁਹਾਨੂੰ ਪਤਾ ਹੀ ਆ ਕਿ ਉਦੋਂ ਬਹੁਤ ਘੱਟ ਫਿਲਮਾਂ ਉਦੋਂ ਹਾਰਡਲੀ ਇੱਕ ਆਈ ਥਿੰਕ ਜਦੋਂ ਫਿਲਮਾਂ ਜੀ ਆਇਆਂ ਨੂੰ ਹਰਭਜਨ ਮਾਨ ਦੀ ਉਸ ਤੋਂ ਬਾਅਦ ਸਾਲ ਬਾਅਦ ਇੱਕ ਅੱਧੀ ਫਿਲਮ ਆਉਂਦੀ ਸੀ ਸ਼ਾਇਦ ਪੰਜਾਬੀ ਇੱਕ ਸਾਲ ਬਾਅਦ ਉਸ ਤੋਂ ਪਹਿਲਾਂ ਜਦੋਂ ਤੁਸੀਂ ਇੰਡੀਆ 'ਚ ਰਹਿੰਦੇ ਹੋ ਨਾ ਘਰਦੇ ਨੂੰ ਐਂ ਹੁੰਦਾ ਵੀ ਕਿਹੜੇ ਕੰਮਾਂ 'ਚ ਪੈ ਗਿਆ ਤੂੰ ਪੜ੍ਹ ਲਾ ਤੂੰ ਆਹ ਕਰ ਲਾ ਫਲਾਨਾ ਕਰ ਲਾ ਧਮਕਾ ਕਰ ਲਾ ਫਿਰ ਉਸ ਤੋਂ ਬਾਅਦ ਬਸ ਆਈਲੈਟਸ ਕੀਤੀ ਮੈਂ ਕਿਹਾ ਯਾਰ ਬਾਹਰ ਹੀ ਜਾਂਦੇ ਆ ਕੋਈ ਫਾਇਦਾ ਨਹੀਂ ਕਿਉਂਕਿ ਮੈਂ ਸਿਰਫ ਬੈਚਲਰ ਕੀਤੀ ਆ ਕਾਮਰਸ ਦੇ ਵਿੱਚ ਡਿਗਰੀ ਕੀ ਹਾਸਲ ਕੀਤੀ ਆ ਪਰ ਮੇਰੇ ਹੱਥ ਤਾਂ ਫਿਰ ਲੱਗਣਾ ਨਹੀਂ ਸੀ ਬੰਦਾ ਨਾ ਤੁਸੀਂ ਕੀ ਕੀਤਾ ਹੋਇਆ ਮੈਂ ਸੋਸ਼ਲ ਵਰਕ 'ਚ ਪੋਸਟ ਗ੍ਰੈਜੂਏਟ ਕੀਤੀ ਹੈ ਤੇ ਮੈਂ ਇਹਨਾਂ ਨੇ ਪਰ ਮੈਨੂੰ ਪਾਗਲ ਕਰ ਲਿਆ ਆਪਣੀ ਲਾਈਫ 'ਚ ਲਿਆ बेहोशी ਮੈਨੂੰ ਨਾ ਥੋੜਾ ਜਿਹਾ ਕਾਪੀ ਕਰਨ ਦੀ ਬਹੁਤ ਆਦਤ ਹੈ ਨਾ ਮੈਂ ਕਈ ਵਾਰ ਨਾਜ਼ਮੀਨ ਨੂੰ ਤੁਹਾਡੀ ਮਮਿਕਰੀ ਕਰ ਦਿੰਦਾ ਮੈਂ ਕਿਹਾ ਵੀ ਗੁਰਲੀਨ ਰਿਵਿਊ ਦਾ ਕਿਵੇਂ ਕਰ ਦਿੰਦੀ ਹੈ ਅੱਛਾ ਮਰ ਯਾਰ ਕੀ ਬਣਾਇਆ ਤੁਸੀਂ ਡਾਇਰੈਕਟਰ ਸਾਹਿਬ ਕੀ ਸੱਚ ਕੇ ਆਬਵੀਅਸਲੀ ਯੂ نو ਫਰਸਟ੍ਰੇਸ਼ਨ ਹੁੰਦੀ ਆ ਥੀਏਟਰ ਚੋਂ ਨਿਕਲ ਕੇ ਬਲੜੀ ਹੈ ਪਤਾ ਨਹੀਂ ਕੀ ਬਣਾ ਦਿੰਦੇ ਕਦੀ ਕਦੀ ਬਟ ਆਈ ਮਿਸ ਦੈਟ ਨਹੀਂ ਚਲੋ ਅੱਛਾ ਲੱਗਦਾ ਅਸੀਂ ਤੁਹਾਨੂੰ ਨਾ ਟੂਬੀਆਂ ਨਾਲ ਕਿਹਦਾ ਕਹਿੰਦੇ ਅਸੀਂ ਤੁਹਾਨੂੰ ਕਹਿੰਦੇ ਆ ਕੇਆਰਕੇ ਪੰਜਾਬੀ ਇੰਡਸਟਰੀ ਦਾ ਕੇਆਰਕੇ ਇੱਕ ਬਾਲੀਵੁੱਡ ਚ ਵੀ ਆਇਆ ਨਾ ਰਿਵਿਊ ਦਿੰਦਾ ਅਰੇ ਕੇਆਰਕੇ ਇਸ ਤੋਂ ਵੈਰੀ ਰੌ ਆਈ ਮੀਨ ਯੂ نو ਹੀ ਇਸ ਵੈਰੀ ਰੌ ਆਈ ਮੀਨ ਜੇ ਮੈਂ ਉਦਾਂ ਦੀ ਲੈਂਗੁਏਜ ਯੂਜ਼ ਕਰਨੀ ਸ਼ੁਰੂ ਕਰਦਾ ਨਾ ਬਸ ਹੋ ਗਿਆ ਫਿਰ ਮੇਰਾ ਤੇ ਕੰਮ ਉਹਦਾ ਕਰਨ ਦਾ ਰਾਈਟਰ ਕੇ ਹੱਥ ਕਾਟ ਕੇ ਉਸਕੇ ਫਾਂਸੀ ਕਰ ਦਿੰਦਾ ਉਹ ਤੇ ਬਹੁਤ ਬੋਲਦਾ ਯਾਰ ਆਈ ਮੀਨ ਆਈ ਕਾਂਟ ਬੀ ਦੈਟ ਐਕਚੁਅਲੀ ਪਤਾ ਹੈ ਕਿ ਸਾਡਾ ਲੈ ਸਿਨੇਮਾ ਜਿਹੜਾ ਹੈਗਾ ਨਾ ਸਾਡੀ ਇੰਡਸਟਰੀ ਉਹ ਹਲੇ ਐਕਸੈਪਟ ਹੀ ਨਹੀਂ ਕਰ ਪਾਏਗੀ ਇਸ ਚੀਜ਼ ਨੂੰ ਕਿ ਜੇ ਆਪਾਂ ਉਹਦਾ ਸ਼ਬਦਾਂ ਵੀ ਯੂਜ਼ ਕਰੀਏ ਮੈਂ ਤੇ ਹੜੀ ਬੜਾ ਇੰਦਰੀਆਂ ਗਾਲਾਂ ਪੈਂਦੀ ਆ ਮੈਂ ਉਹ ਬਣ ਕੇ ਪਾਸੇ ਹੋ ਜਾਏਗਾ ਮੇਰਾ ਕੰਮ ਕਤਲੇਆਮ ਹੋ ਜਾਣਾ ਮੇਰਾ ਤੇ ਥੈਂਕਸ ਅ ਲੋਟ ਗਾਇਸ ਇਟ ਵਾਸ ਅ ਪਲੇਜ਼ਰ ਹੈਵਿੰਗ ਯੂ ਹੇਅਰ ਥੈਂਕ ਯੂ ਵੈਰੀ ਮਚ ਥੈਂਕ ਯੂ ਬਾਏ ਬਾਏ
So that was Sammy and Naz. Na hasi meri akhaan ch aansu aa gaye. So that was a very fun interaction I had with them today. I hope you guys enjoyed it as much. Bahut sare sanu na unna de bare cheezan pata lagiyan. Kai wari promotional interviews assi karde ha te assi sirf project de bare gal karde ha. But jadon assi edna diyan gallan karde ha ta assi insaan de kirdaar di gal karde ha, unna di shakhsiyat di gal karde ha te unna diyan aap beetiyan di gal karde ha. ਆਹੀ ਮੋਟਿਵ ਹੈਗਾ ਬੇਸਿਕਲੀ ਇਹਨਾਂ ਇੰਟਰਵਿਊਜ਼ ਦਾ ਜੋ ਮੈਂ ਕਰ ਰਹੀ ਹਾਂ ਤਾਂ ਕਿ ਅਸੀਂ ਲੋਕਾਂ ਦੀਆਂ ਸ਼ਖਸੀਅਤਾਂ ਨਾਲ ਰੂਬਰੂ ਕਰਾ ਸਕੀਏ ਤੁਹਾਨੂੰ ਰਾਦਰ ਦੈਨ ਜਸਟ ਅ ਪ੍ਰੋਜੈਕਟ ਅ ਫਿਲਮ ਅ ਵੈਬ ਸੀਰੀਜ਼ ਅ ਸੌਂਗ ਸਟਫ ਲਾਈਕ ਦੈਟ ਉਹਦੇ ਚੱਲਦੇ ਰਹਿਣਗੇ ਹੋਰ ਵੀ ਇਦਾਂ ਦੀਆਂ ਗੱਲਾਂ ਵਾਸਤੇ ਤੁਸੀਂ ਸਾਡੇ ਨਾਲ ਬਣੇ ਰਹੋ ਔਨ ਕੈਂਟ ਪੰਜਾਬ ਕੱਲ ਇੱਕ ਹੋਰ ਆਰਟਿਸਟ ਦੇ ਨਾਲ ਤੁਹਾਨੂੰ ਰੂਬਰੂ ਕਰਾਂਗੇ ਕੋਈ ਵੀ ਹੋ ਸਕਦਾ ਕੁਡ ਬੀ ਐਨੀਬਡੀ ਆਈ ਵਿਲ ਪੋਸਟ ਟੁਮਾਰੋ ਮਾਰਨਿੰਗ ਐਂਡ ਯੂ ਸੀ ਹੂ ਇਟ ਇਜ਼ ਐਂਡ ਡੂ ਸੈਂਡ ਇਨ ਯੋਰ ਕੁਐਸਚਨਸ ਜੇ ਤੁਹਾਨੂੰ ਕੁਝ ਲੱਗਦਾ ਹੈ ਕਿ ਤੁਸੀਂ ਕੁਝ ਪੁੱਛਣਾ ਹੈ ਕੁਝ ਇਦਾਂ ਦੀ ਗੱਲ ਹੈਗੀ ਹੈ ਜਿਹੜੀ ਤੁਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹੋ ਤੁਸੀਂ ਜ਼ਰੂਰ ਸਾਨੂੰ ਦੱਸੋ ਅਸੀਂ ਉਹਨਾਂ ਦੇ ਅੱਗੇ ਇਹ ਸਵਾਲ ਇਹ ਗੱਲਾਂ ਜ਼ਰੂਰ ਰੱਖਾਂਗੇ ਸੋ ਥੈਂਕਸ ਫੋਰ ਵਾਚਿੰਗ ਗਾਇਜ਼ ਦਿਸ ਇਜ਼ ਮੀ ਗ੍ਰੀਨ ਕੌਰ ਸਾਈਨਿੰਗ ਆਊਟ ਥੈਂਕਸ ਕੈਂਟ ਪੰਜਾਬ